अजीत हाँ जी डॉक्टर साहब, हुण आवाज सही आ रही है जी? हाँ हुण आ रही है। हाँ जी, मैं गल दसी सी स्पाइन दी, मेरी स्टिफनेस रहिंदी है ते डॉक्टर ने भी दिखाया, फिजियोथेरेपी भी की है, ते मैं खेड़ना खुड़ता भी रहना, ते तां भी मेरे स्टिफनेस ऐदां बनी हुई है, परमानेंट रहिंदी है, रात नूं भी दिने भी, पर वो जा नहीं रही। इहदे बारे दस्सिओ जी। तुसीं ना दुध पीने हो? दुध बहुत घट पीना जी, बंद करता एक तरह दा, बहुत ਕਿੰਨੇ ਦਿਨ ਹੋ ਹੀ ਗਏ ਬੰਦ ਘਟਾ। ਕੀਤੇ ਨੂੰ? ਕਿੰਨੇ ਦਿਨ ਹੋ ਗਏ ਬੰਦ ਕੀਤੇ ਨੂੰ? ਸਪੈਸ਼ਲ ਦੁੱਧ ਤਾਂ ਬਹੁਤ ਦੇਰ ਹੋ ਗਈ, ਤੇ ਚਾਹ ਜੋ ਮਾੜੀ ਮੋਟੀ ਰਹਿ ਲਈ ਦੀ ਹੈ। ਅੱਛਾ, ਇੱਕ ਤਾਂ ਚਲੋ ਉਹ ਵੀ ਮਾਈਨਸ ਕਰੋ, ਦੁੱਧ ਦੀਆਂ ਚਾਰੇ ਚੀਜ਼ਾਂ ਮਾਈਨਸ ਕਰੋ। ਕੋਸ਼ਿਸ਼ ਕਰੋ ਜਾਂ ਦੁੱਧ ਦੀ ਸਾਰੀ ਬਿਲਕੁਲ ਸਾਰਾ ਹੀ ਮਾਈਨਸ, ਘੀ ਨੂੰ ਛੱਡ ਕੇ ਸਾਰਾ ਹੀ ਮਾਈਨਸ ਕਰ ਦਿਓ ਦੁੱਧ। ਕਰ ਦਿੰਦੇ ਹਾਂ ਜੀ, ਠੀਕ ਦੁੱਧ ਹੈ ਸਾਰਾ ਮਾਈਨਸ ਕਰ ਦਿਓ, ਦੁੱਧ ਸਾਰਾ ਠੀਕ। ਮਾਈਨਸ ਕਰਕੇ ਅਤੇ ਬਾਕੀ ਡਾਇਟ, ਬਾਕੀ ਡਾਇਟ ਜਿਹੜੀ ਹੈ ਕੱਚਾ ਫਲ ਖਾਣੇ ਅਤੇ ਹੋਰ ਖਾਣੇ, ਇਹ ਵੀ ਕੀਤਾ ਹੋਇਆ? ਹਾਂ, ਇਹ ਚੱਲਦਾ ਪਿਆ ਜੀ, ਜਦੋਂ ਮੈਂ ਇਹ ਟੋਟਲ ਡਾਇਟ ਪਲਾਨ ਵੀ ਫੋਲੋ ਕਰ ਲਓ, ਸਾਰਾ ਟੋਟਲ ਟੋਟਲ ਵਧੀਆ। ਡਾਇਟ ਪਲਾਨ ਫੋਲੋ ਕਰ ਲਓ ਤੁਸੀਂ। ਮੇਰੇ ਖਿਆਲ ਤੁਸੀਂ ਜੇ ਖੇਡਦੇ ਖੁੱਡਦੇ ਹੋ ਤਾਂ ਫਿਰ ਇੱਕ ਵੀ 1.5 ਮਹੀਨੇ ਹੋ ਗਏ। ਟੋਟਲ ਡਾਇਟ ਫੋਲੋ ਕਰਦੇ ਨੂੰ, ਠੀਕ ਹੈ। ਟੋਟਲ ਡਾਇਟ ਫੋਲੋ ਕਰਦੇ ਨੂੰ 1.5-2 ਮਹੀਨੇ ਹੋ ਗਏ। ਵਿੱਚ ਕਣਕ ਚੱਲ ਜਾਂਦੀ ਆ ਥੋੜੇ ਕਣਕ ਥੋੜੇ, ਨਾ ਲਓ, ਕਣਕ ਤਾਂ ਬਹੁਤ ਬੜੀ ਕਣਕ ਸਟੋਰ ਟੋਟਲ ਕਰ ਲਓ। ਨਹੀਂ ਮੈਂ ਕਹਿ ਸਕਦਾ ਵੀ ਨਹੀਂ, ਤੁਸੀਂ ਟੋਟਲ ਡਾਇਟ ਪਲਾਨ ਫੋਲੋ ਕਰੋ ਕਿ ਤਿੰਨ ਕਣਕ ਹਫ਼ਤੇ ਖਾਧੀ ਜਾਂਦੀ ਆ, ਤਿੰਨ ਹਫ਼ਤੇ ਨਾ ਟੋਟਲ ਡਾਇਟ ਠੀਕ ਪਲਾਨ ਹੈ ਫੋਲੋ ਜੀ। ਕਰ ਲਓ, ਫਿਰ ਉਸ ਤੋਂ ਬਾਅਦ ਕਰਾਂਗੇ ਠੀਕ ਗੱਲ। ਹੈ, ਇਹ ਵੀ ਸਹੀ, ਕਿਉਂਕਿ ਤੁਸੀਂ ਠੀਕ ਹੈ ਆਲਰੇਡੀ ਜੀ, ਖੇਡਦੇ ਖੁੱਡਦੇ ਵਰਜਿਸ਼ ਐਕਸਟਰਾ ਕਰਨ ਦੀ ਲੋੜ ਨਹੀਂ ਹੈ, ਤੁਸੀਂ ਡਾਇਟ ਪਲਾਨ ਫੋਲੋ ਕਰੋ ਇੱਕ ਠੀਕ ਹੈ ਤੁਸੀਂ। ਜੀ, ਓਕੇ, ਠੀਕ ਹੈ ਜੀ, ਠੀਕ ਹੈ। ਹਾਂਜੀ, ਅਮਰੀਕ ਸਿੰਘ ਜੀ, ਚਲੋ ਠੀਕ ਹੈ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰੇ ਮੰਮੀ ਜੀ ਨੂੰ ਜੀ ਟਾਈਫਾਇਡ ਹੋ ਗਿਆ ਸੀਗਾ, ਤੇ 20 ਦਿਨ ਤੋਂ ਬਿਲਕੁਲ ਠੀਕ ਨੇ ਜੀ, ਲੱਤਾਂ ਕੱਲੀਆਂ ਦਰਦ ਕਰਦੀਆਂ ਨੇ ਡਾਕਟਰ ਸਾਹਿਬ। ਠੀਕ ਹੈ, ਪਹਿਲੀ ਗੱਲ ਤਾਂ ਮੈਂ ਟਾਈਫਾਇਡ ਬਾਰੇ ਇੱਕ ਗੱਲ ਸਪਸ਼ਟ ਕਰਦਾ। ਹਾਂਜੀ, ਇਹ ਟਾਈਫਾਇਡ ਜਿਹੜਾ ਨਾ, ਇਹ ਸ਼ਬਦ ਐਸਾ ਭੈੜਾ ਸ਼ਬਦ ਹੈ ਕਿ ਇਹ ਟਾਈਫਾਇਡ ਦੀ ਕੋਈ ਹੋਂਦ ਨਹੀਂ ਹੈਗੀ। ਟਾਈਫਾਇਡ ਸਿਰਫ ਲੈਬੋਰਟਰੀ ਵਾਲਿਆਂ ਨੇ ਰਿਪੋਰਟਾਂ ਦੇ ਦੇ ਕੇ ਇੱਕ ਟਾਈਫਾਇਡ ਦਾ ਕਲਚਰ ਬਣਾਤਾ, ਉਹਦਾ ਉਹਦਾ ਪੁੱਠਾ ਵੀ ਹੈ ਕਿ ਸਾਡਾ ਹਰ 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 ਮਤਲਬ ਜਿਹੜੀ ਬਿਮਾਰੀ ਸਾਨੂੰ ਸਮਝ ਨਹੀਂ ਆਉਂਦੀ ਨਾਲ ਟਾਈਫਾਇਡ ਜੋੜ ਦਿੰਦੇ ਹਾਂ ਅਸੀਂ, ਰਿਪੋਰਟ 'ਚ ਪੋਜ਼ਿਟਿਵ ਆ ਜਾਂਦਾ ਤਾਂ ਸਾਡਾ ਜਿਹੜਾ ਉਹ ਵਿਸ਼ਵਾਸ ਹੈ ਉੱਦਾਂ ਹੀ ਬਣਿਆ ਹੋਇਆ, ਉਹ ਟਾਈਫਾਇਡ ਦੀ ਆਪਣੀ ਹੋਂਦ ਹੁੰਦੀ ਹੈ। ਠੀਕ ਹੈ ਜੀ, ਟਾਈਫਾਇਡ ਹੁੰਦਾ ਨਹੀਂ ਹੈ, ਟਾਈਫਾਇਡ ਬਹੁਤ ਘੱਟ ਲੋਕਾਂ ਨੂੰ ਹੁੰਦਾ, ਬੜੀ ਰੇਅਰ ਜੀ ਬਿਮਾਰੀ ਰਹਿ ਗਈ, ਹੁੰਦਾ ਹੈ ਹੀ ਨਹੀਂ ਲਗਭਗ, ਨਾ ਨਾ ਹੋਇਆ ਬਰਾਬਰ ਹੈ। ਇਸ ਕਰਕੇ ਟਾਈਫਾਇਡ ਲਫ਼ਜ਼ ਨਾ ਵਰਤਿਆ ਕਰੋ, ਜਿਹੜਾ ਜਿਹੜਾ ਇਹ ਲਫ਼ਜ਼ ਹੈਗਾ ਨਾ ਟੈਸਟ ਕਰਾਇਆ ਕਰੋ, ਟੈਸਟ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ, ਟਾਈਫਾਇਡ ਟੈਸਟ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹ ਟਾਈਫਾਇਡ ਨੇ ਪੋਜ਼ਿਟਿਵ ਆਉਣਾ ਹੀ ਆਉਣਾ ਹੁੰਦਾ, ਟਾਈਫਾਇਡ ਦਾ ਜਿਹੜਾ ਕੀਟਾਣੂ ਹੈ ਉਹ ਨੋਰਮਲ ਸਾਡੀ ਇੰਟਰੀਆਂ ਦਾ ਹਿੱਸਾ, ਤੇ ਜੇ 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 ਟੈਸਟ ਕਰਾਵਾਂਗੇ ਆਪਾਂ ਮਾੜਾ ਮੋਟਾ ਪੋਜ਼ਿਟਿਵ ਆਇਆ ਜਾਏਗਾ। ਅਨਲੈਸ ਐਂਟਲ ਕਿਸੇ ਨੂੰ ਬਹੁਤ ਸੀਰੀਅਸ ਬੁਖਾਰ ਹੈ, ਮੰਜਾ ਮੰਦੇ ਜਾਂ ਮੰਜੇ 'ਤੇ ਪਿਆ, ਉਹਦੇ 'ਚ ਕੋਈ ਸ਼ੱਕ ਪੈਂਦਾ ਤਾਂ ਅੱਡ ਗੱਲ ਹੈ, ਵੈਸੇ ਟਾਈਫਾਇਡ ਬਹੁਤ ਘੱਟ ਹੋ ਰਿਹਾ ਅੱਜ ਕੱਲ੍ਹ, ਹੁੰਦਾ ਨਹੀਂ। ਦੂਜੀ ਗੱਲ ਆ ਗਈ ਕਿ ਉਹ ਲੱਤਾਂ ਦੀਆਂ ਦੁਖਦੀਆਂ ਨੇ, ਕੋਈ ਵੀ ਬੁਖਾਰ ਹੋਏਗਾ, ਵਾਇਰਲ ਫੀਵਰ ਹੋਏਗਾ, ਮੋਸਟ ਲਾਈਕਲੀ ਅੱਜ ਦਾ ਮੌਸਮ ਵਾਇਰਲ ਫੀਵਰਾਂ ਦਾ ਚੱਲ ਰਿਹਾ। ਵਾਇਰਸਿਸ ਕੋਈ ਇੱਕ ਨਹੀਂ ਹੈਗੀਆਂ, ਵਾਇਰਸਿਸ ਲਾਰਜ ਨੰਬਰ ਆਫ ਵਾਇਰਸ ਜਿਹੜੀਆਂ ਇਸ ਮੌਸਮ ਦੇ ਅੰਦਰ, ਜਦੋਂ ਮੌਸਮ ਬਦਲਦਾ ਤਾਂ ਉਹ ਕੋਈ ਨਾ ਕੋਈ ਸਾਨੂੰ ਥੋੜ੍ਹਾ ਬਹੁਤਾ ਬਿਮਾਰ ਕਰ ਜਾਂਦੀਆਂ ਨੇ। ਉਹ ਬਿਮਾਰ ਜਿਹੜਾ ਹੈ ਕੋਈ ਨਾ ਕੋਈ ਜਦੋਂ ਜਦੋਂ ਉਹਨੂੰ ਬਿਮਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਲੰਬੀਆਂ ਹੋ ਜਾਂਦੀਆਂ ਨੇ। ਜੇ ਤਾਂ ਅਸੀਂ ਉਹਨੂੰ ਨੈਚੁਰਲ ਕੋਰਸ ਠੀਕ ਹੋਣ ਜਾਈਏ ਤਾਂ ਵੱਧ ਤੋਂ ਵੱਧ 2 ਹਫ਼ਤੇ ਲੈਂਦੀਆਂ ਨੇ, ਉਹ ਹਫ਼ਤਾ ਕੁ ਬੁਖਾਰ ਬੁਖੂਰ ਜਿਹਾ ਚੱਲਦਾ ਤੇ ਹਫ਼ਤਾ ਕੁ ਠੀਕ ਹੋਣ 'ਚ ਲੱਗ ਜਾਂਦਾ। ਜੇ ਆਪਾਂ ਉਹਨੂੰ ਪੈਰਾਸੀਟਾਮੋਲ ਖਾ ਖਾ ਕੇ ਬੁਖਾਰ ਘਟਾ ਕੇ ਇਹੋ ਜਿਹਾ ਕੁਛ ਕਰਦੇ ਹਾਂ ਤਾਂ ਫਿਰ ਉਹ ਮਹੀਨਾ ਚੱਲ ਜਾਂਦੀਆਂ ਨੇ। ਤਾਂ ਉਹ ਕਾਰਨ ਹੁੰਦੇ ਆ ਆਮ ਤੌਰ 'ਤੇ, ਅਤੇ ਉਹ ਕਾਰਨ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਅਸੀਂ ਖਾਣਾ ਠੀਕ ਕਰ ਲਓ, ਆਪਾਂ ਖਾਣਾ ਠੀਕ ਕਰ ਲਓ, ਖਾਣੇ ਠੀਕ ਕਰਨ ਨਾਲ ਹੀ ਠੀਕ ਹੋ ਜਾਂਦੀਆਂ ਨੇ। ਜੇ ਫਿਰ ਵੀ ਆਪਾਂ ਨੂੰ ਲੱਗਦਾ ਬੁਖਾਰ ਥਰਮਾਮੀਟਰ ਬੁਖਾਰ ਦੇ ਰਿਹਾ ਥੋੜ੍ਹਾ ਬਹੁਤਾ, ਤਾਂ ਫਿਰ ਉਹਦੇ ਅੰਦਰ ਕੋਈ ਨਾ ਕੋਈ ਹਲਕਾ ਫੁਲਕਾ ਆਯੁਰਵੈਦਿਕ ਟੋਨਿਕ ਕੀਤੀ ਜਾ ਸਕਦੀ ਹੈ, ਜਿਵੇਂ ਗਲੋ ਹੈ, ਜੇ ਤਾਂ ਗਲੋ ਦਾ ਕੜਾ ਪੀ ਸਕਦੇ ਕੜਾ ਪੀ ਲੈਣ, ਨਹੀਂ ਤਾਂ ਗਲੋ ਦੀਆਂ ਗੋਲੀਆਂ ਲੈ ਲੈਣ। ਗੋਲੀਆਂ ਜੇ ਜੇ ਕੜਾ ਪੀਣਾ ਅੱਜ ਕੱਲ੍ਹ ਬੜਾ ਔਖਾ, ਲੋਕਾਂ ਨੂੰ ਕੜੇ ਪੀਣ ਦੀ ਆਦਤ ਨਹੀਂ ਹੈ, ਤਾਂ ਗਲੋ ਦੀਆਂ ਗੋਲੀਆਂ ਲੈ ਲਓ, 2 ਗੋਲੀਆਂ ਸਵੇਰੇ 2 ਸ਼ਾਮ ਨੂੰ, ਜੇ ਬੁਖਾਰ ਆ ਰਿਹਾ ਤਾਂ ਠੀਕ ਤਾਂ 2 ਗੋਲੀਆਂ ਸਵੇਰੇ ਸ਼ਾਮੀ 10 ਦਿਨ ਅਤੇ 1 ਗੋਲੀ ਸਵੇਰੇ ਸ਼ਾਮੀ 10-15 ਦਿਨ ਹੋਰ, ਇਹਨੇ ਨਾਲ ਹੀ ਸਰ ਜਾਂਦਾ ਮਸਲਾ ਹੱਲ ਹੋ ਜਾਂਦਾ। ਬਾਕੀ ਡਾਇਟ ਬਦਲ ਲਓ, ਡਾਇਟ ਬਦਲ ਲਓ, ਡਾਇਟ ਜਿਹੜੀ ਆ ਉਹਦੀ ਫਲ ਅਤੇ ਸਬਜ਼ੀਆਂ ਦਾ ਜਿਹੜਾ ਚੱਲਣ ਹੈ, ਫਲ ਸਬਜ਼ੀਆਂ ਅਤੇ ਅਨਾਜ ਜਿਹੜੇ ਨੇ ਇਹ 3 ਥੰਮ ਨੇ, ਫਲ ਖਾਣੇ ਪ੍ਰੋਪਰ ਮਾਤਰਾ 'ਚ, ਸਬਜ਼ੀਆਂ ਕੱਚੀਆਂ ਖਾਣੀਆਂ ਅਤੇ ਪੱਕੀਆਂ ਖਾਣੀਆਂ ਦੋਨੋਂ ਤਰ੍ਹਾਂ ਦੀਆਂ, ਠੀਕ ਹੈ, ਅਤੇ ਉਸ ਤੋਂ ਬਾਅਦ ਅਨਾਜ ਜਿਹੜਾ ਠੀਕ ਖਾਣਾ, ਯਾਨੀ ਕਿ ਕਣਕ ਚੌਲ ਦੀ ਬਜਾਏ ਮਿਲਟਸ ਖਾਣੇ, ਮਿਲਟਸ ਖਾਣੇ ਔਰ ਖਾਸ ਕਰਕੇ ਪੋਜ਼ਿਟਿਵ ਮਿਲਟਸ ਜਿਹੜੇ 5 ਨੇ ਉਹ ਖਾਣੇ, ਇਹਦੇ ਆਲੇ ਦੁਆਲੇ ਆਪਣੀ ਡਾਇਟ ਪਲਾਨ ਕਰੋ। ਜੇ ਡਾਇਟ ਮੰਨ ਲਓ ਮੈਨੂੰ ਚੌਲ ਖਾਣੇ ਪਸੰਦ ਨਹੀਂ ਹੈ ਤਾਂ ਮੈਂ ਰੋਟੀ ਪਕਾਉਣੀ ਸਿੱਖ ਲੂੰਗਾ, ਇਹਦੀ ਕੋਈ ਖਾਸ ਗੱਲ ਨਹੀਂ ਹੈ, ਉਹਦੀ ਰੋਟੀ ਬਣ ਜਾਂਦੀ ਹੈ, ਬੜੀ ਅੱਛੀ ਰੋਟੀ ਬਣਦੀ ਹੈ। ਤਾਂ ਜੇ ਮੈਨੂੰ ਉਹ ਢੰਗ ਬਣਾਉਣ ਦਾ ਢੰਗ, ਉਹਨੂੰ ਤੜਕਾ ਲਾਉਣ ਦਾ ਢੰਗ ਉਹ ਆਪਣੇ ਹਿਸਾਬ ਦਾ ਟਾਲ ਲਓ, ਵਿੱਚ ਮਸਾਲਾ ਕੀ ਪਾਉਣਾ ਹੈ, ਕਿੱਦਾਂ ਖਾਣਾ ਹੈ, ਮੈਂ ਉਹ ਕੋਸ਼ਿਸ਼ ਕਰੋ ਜੇ ਜੇ 2 ਟੰਗ ਪੱਕਿਆ ਖਾ ਕੇ 1 ਟੰਗ ਕੱਚਾ ਖਾਧਾ ਜਾਵੇ ਇਕੱਲਾ ਤਾਂ ਬਹੁਤ ਵਧੀਆ,
जे मान लो किसी बंदे की मजबूरी है जां उहदा शरीर मंगदा है तीनों टाइम ही पक्या खाना है, तीनों टाइम पक्का खाने तो पहला कच्चा खाओ फिर पक्या खा लो, कोई गल नहीं। जे मतलब तुहानू भुख बहुत ज्यादा लगती है, थोड़ा काम बहुत सख्त काम है तुहाडा, जां इदां दा कोई जिंदगी दा रूटीन है जिहदे तुसीं सवेरे सवेरे कल्ले फल खा के नहीं जा सकते तां कोई गल नहीं, फल खाओ उस तो बाद जाने लगे थोड़ा जा अपना जो पक्या खाना खा लो जिन्ना खा सकते, जिन्नी भुख है थोड़ा नहीं मतलब जिन्नी भुख है भुख का, फिर दोपहरे सलाद खाओ फिर पक्या खाना खा लो, रात को सलाद खाओ फिर पक्या खाना खा लो, तो ये आले दुआले अगर ढाल लाँगे तो मैं लगता जल्दी जल्दी रिकवरी हो जाती किसी भी चीज़ तो हिसाब न कर लो। ठीक है सर। सर एक मैं थोनू सुहाजने बारे पूछना सी जी, चार भी पै जाता, सब्जी भी बन जाती, पत्ते भी यूज कर सकते हैं, पत्तियां दा पाउडर बना के बहुत लोग बेच रहे हैं, पत्तियां दी चाह बना के पी सकते हैं, पत्तियां सब्जी च पा सकते हैं, पत्तियां सलाद च पा सकते हैं, पत्तियां दी चटनी बना सकते हैं, जिवें मर्जी खाओ, और सुहाजने की कोई डोज नहीं है, सुहाजने का ज्यादा भी खा लेंगे सुहाजना कोई नुकसान नहीं करता, कोई मेडिसिन मेडिसिन के तौर पर नहीं फूड के तौर पर खाया जा सकता, सुहाजना वो पौधा जिन्होंने फूड के तौर पर खा सकते हैं, जिदा भी खा सकते हो खा लो, अच्छा ही अच्छा है कोई माड़ा नहीं। ठीक है सर, थैंक यू जी। हाँ जी गोलचंद सिंह जी, हाँ जी बोलो जी, नहीं समझ नहीं आ रही गुलशन सिंह जी ठीक है ठीक, नेचर का तो बहुत बुक्स है, जो किसी बुक स्टॉल पे जाओगे ना, हां जी बुक स्टॉल पे किसी भी कितने शहर च रहने हो, असि निहाल सिंह आए अपने नाल कुलदीप सिंह ਦੇ ਨਾਲ ਜੀ, ਮੋਗੇ ਮੋਗੇ ਦੇ ਕਿਸੇ ਬੁੱਕ ਸਟੋਰ ਜਾਓ, ਅੱਛਾ ਜੀ ਉੱਥੇ ਕਈ ਕਿਤਾਬਾਂ ਪਈਆਂ ਹੋਣਗੀਆਂ, ਨੇਚਰ ਕੋਡ ਦੀਆਂ ਕਿਤਾਬਾਂ ਬਹੁਤ ਪਈਆਂ ਨੇ ਹਰ ਬੁੱਕ ਸਟੋਰ ਚ ਪਈਆਂ ਨੇ। ਠੀਕ ਹੈ ਜੀ, ਉੱਥੇ ਬੈਠ ਕੇ ਮੜਾਇਆ ਪੜ ਲਿਓ ਧਿਆਨ ਨਾਲ, ਜਿਹੜੀ ਤੁਹਾਨੂੰ ਅੱਛੀ ਲੱਗੇ ਪੜ ਲਿਓ, ਮੈਂ ਪੰਜਾਬੀ ਦੀ ਇੱਕ ਬੁੱਕ ਹੈਗੀ ਹੈ ਨੇਚਰ ਕੋਡ ਦੀ ਲਿਖੀ, ਇੱਕ ਆਥਰ ਨੇ ਮੈਨੂੰ ਯਾਦ ਨਹੀਂ ਆ, ਬੜੀ ਅੱਛੀ ਬੁੱਕ ਹੈ ਪੰਜਾਬੀ ਚੈਨਲ ਹੈ ਨਾਲ, ਹੈ ਵੀ ਪੰਜਾਬੀ ਚ, ਕੀ ਨਾਮ ਹੈ ਜੀ ਮੈਨੂੰ ਨਾ ਯਾਦ ਨਹੀਂ, ਮੈਂ ਦੇਖ ਕੇ ਦੱਸ ਦੇਣਾ ਤੁਹਾਨੂੰ, ਕਿਤੇ ਕੋਈ ਦੇਖ ਕੇ ਬਾਅਦ ਦੱਸ ਦੂੰ ਮੈਂ, ਪਾ ਦਾਂਗੇ ਦੱਸ, ਉਹ ਨਾਮ ਨੂੰ ਭੁੱਲ ਗਿਆ ਮੈਂ, ਪੰਜ਀ ਚ ਨੇਚਰ ਕੋਡ ਦੀ ਕਿਤਾਬ ਲਿਖੀ, ਬਹੁਤ ਅੱਛੇ ਆਥਰ ਨੇ, ਬਹੁਤ ਅੱਛੇ ਆਥਰ ਨੇ ਲਿਖੀ ਹੋਈ ਨੇਚਰ ਕੋਡ ਦੀ ਕਿਤਾਬ, ਮੈਂ ਦੇਖ ਕੇ ਤੁਹਾਨੂੰ ਕੱਲ ਤੱਕ ਦੱਸ ਦਿੰਦਾ, ਬਹੁਤ ਅੱਛੀ ਕਿਤਾਬ ਆ। ਠੀਕ ਹੈ, ਹਾਂਜੀ ਜੋਨੀ ਜੀ, ਹਾਂਜੀ ਬੋਲੋ ਜੀ, ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਸਰ, ਇਹ ਜਿਵੇਂ ਵਡਾਲ ਦੀ ਆਪਾਂ ਗੱਲ ਪਹਿਲਾਂ ਵੀ ਕਰਕੇ ਹਟੇ ਆ ਜੀ, ਵਡਾਲ ਮੇਰੀ ਮਾਤਾ ਨੂੰ ਜਿਵੇਂ ਹੁਣ ਮੈਂ ਕੱਲ ਵੀ ਕਰਿਆ ਸੀਗਾ, ਲਿਟਰੇਚਰ ਦੇ ਹਿਸਾਬ ਨਾਲ ਪਾ ਕੇ ਦੇਖਿਆ 320 ਜਿਵੇਂ ਏ ਐਚ ਦੇ ਵਿੱਚ 320 ਏ ਏ ਐਚ 640 ਮਤਲਬ ਇਸ ਤਰ੍ਹਾਂ ਆਉਂਦਾ ਰਹਿੰਦਾ ਉਹਨਾਂ ਨੂੰ। ਤਕਲੀਫ ਕੀ ਉਹਨਾਂ ਨੂੰ? ਤਕਲੀਫ ਵੈਸੇ ਹੁਣ ਤਾਂ ਕੋਈ ਹੈ ਨੀ, ਬੁਖਾਰ ਬਖੂਰ ਦੀ ਸੁਬਹ ਸ਼ਾਮ 10-15 ਦਿਨ ਦੇ ਦੋ, ਫਿਰ ਇੱਕ ਗੋਲੀ ਸੁਬਹ ਸ਼ਾਮ 10-15 ਦਿਨ ਦੇ ਦੋ, ਦੋ ਗਲੋ ਵੈਸੇ ਕਾੜਾ ਬਣਾ ਕੇ ਪੀ ਲੇ, ਪੀਣ ਪੀ ਰਹੇ ਆ? ਨਹੀਂ ਅੱਗੇ ਵੈਸੇ ਤਾਂ ਉਹ ਗਲੋ ਹੈਗੀ ਆ ਜੀ, ਕਾੜਾ ਬਣਾ ਕੇ ਪੀ ਲੈਣੇ ਆ ਕੋਈ, ਜੇ ਕਾੜਾ ਪੀ ਲੈਂਦੇ ਕਾੜਾ ਦੇ ਦੋ, ਨਹੀਂ ਕਾੜਾ ਬਹੁਤ ਲੋਕ ਨਾ ਇੱਕ ਦਿਨ ਪੀ ਕੇ ਛੱਡ ਦਿੰਦੇ ਆ, ਮੈਂ ਇਸ ਕਰਕੇ ਗੋਲੀਆਂ ਕਰ ਰਿਹਾ ਕਿ ਬਹੁਤੇ ਲੋਕ ਕੀ ਕਰਦੇ ਗਲੋ ਕੌੜੀ ਹੁੰਦੀ ਆ, ਇੱਕ ਦੋ ਦਿਨ ਕਾੜਾ ਪੀਣਗੇ ਮੁੜ ਕੇ ਛੱਡ ਦੇਣਗੇ, ਜੇ ਤਾਂ ਨਹੀਂ ਅਸੀਂ ਇਹ ਲਗਾਤਾਰ ਅਸੀਂ ਵਰਤਦੇ ਰਹਿੰਦੇ ਹਾਂ ਗਲੋ ਦੇ ਪੱਤੇ ਚਟਣੀ ਚੁਟਣੀ ਚ, ਤੁਸੀਂ ਐਂ ਕਰੋ ਇੱਕ ਹਫ਼ਤਾ ਗਲੋ ਦਾ ਕਾੜਾ ਦੇ ਦਿਓ,
ਸੁਬਹ ਸ਼ਾਮ ਸਵੇਰੇ ਉੱਠਣ ਸਾਰ ਤੇ ਤੇ ਰਾਤ ਸ਼ਾਮ ਨੂੰ ਸ਼ਾਮ ਦੀ ਚਾਹ ਦੇ ਟਾਈਮ ਤੇ ਫਿਰ ਹਫਤਾ ਨਿੰਮ ਦਾ ਦੇ ਦਿਓ ਨਿੰਮ ਦਾ ਠੀਕ ਹੈ ਹਾਂ ਬਸ ਬਾਕੀ ਡਾਈਟ ਡਾਈਟ ਬਦਲ ਲਓ ਕੋਈ ਟੈਸਟਾਂ ਚੱਕਰ ਪਾ ਲਓ ਟੈਸਟ ਸਪਲੀਮੈਂਟ ਕਰ ਲਓ ਮੇਰੇ ਫਾਦਰ ਇਹ ਇਹਨਾਂ ਦੇ ਪਲੇਟਲੈਟ ਘਟ ਰਹੇ ਹੈ ਕੱਲ ਵੀ ਜਾ ਰਹੀ ਆ ਰਹੀ ਆ 55000 ਕੋਈ ਗੱਲ ਤੁਸੀਂ ਕੋਈ ਗੱਲ ਪਲੇਟਲੈਟ ਬਹੁਤ ਲੋਕਾਂ ਦੇ ਘਟ ਰਹੇ ਆ ਅੱਜ ਕੱਲ ਤੁਸੀਂ ਇਹਨਾਂ ਦੀ ਡਾਈਟ ਬਦਲੋ ਇੱਕ ਤਾਂ ਸਖਤੀ ਨਾਲ ਡਾਈਟ ਫੋਰ ਟੋਟਲ ਜਿਹੜੀ ਆਪਾਂ ਕਹਿ ਰਹੇ ਹਾਂ ਉਹ ਦਿਓ ਦੂਜੀ ਗੱਲ ਇਹਨਾਂ ਨੂੰ ਵੀ ਆਹੀ ਪਾਹੀ ਪਿਆ ਦਿਓ ਕਾਲੇ ਇਹਨਾਂ ਨੂੰ ਪਿਆ ਦਿਓ ਨਾਲ ਹੀ ਇਹਨਾਂ ਨੂੰ ਦੂਜਾ ਕਾਲਾ ਪਿਆ ਸਕਦਾ ਪਪੀਤੇ ਦੇ ਪੱਤੇ ਦਾ ਪਪੀਤੇ ਦੇ ਪੱਤੇ ਦਾ ਕਾੜਾ ਵੀ ਦੇ ਸਕਦੇ ਹੋ ਪਹਿਲਾਂ ਪਪੀਤੇ ਦੇ ਪੱਤੇ ਦੇ ਦੋ ਬਹੁਤ ਗੱਲ ਤਿੰਨ ਚਾਰ ਚੀਜ਼ਾਂ ਜਿਵੇਂ ਪਪੀਤੇ ਦਾ ਪੱਤਾ ਨਿੰਮ ਹੈ ਨਹੀਂ ਮਿਕਸ ਨਾ ਕਰੋ ਅੱਡ ਦਿਓ ਹਫਤਾ ਦਿਓ ਅੱਛਾ ਅਲੱਗ ਅਲੱਗ ਰਹੀ ਹਾਂ ਅਲੱਗ ਅਲੱਗ ਪਹਿਲਾਂ ਪਪੀਤੇ ਦਾ ਦੇ ਦਿਓ ਹਫਤਾ ਦੇ ਦਿਓ ਫਿਰ ਗੁਲੋ ਦਾ ਦੇ ਦਿਓ ਫਿਰ ਨਿੰਮ ਦਾ ਦੇ ਦਿਓ ਠੀਕ ਹੈ ਤੇ ਨਾਲ ਡਾਈਟ ਪਰ ਜ਼ਰੂਰ ਬਦਲਣੀ ਹੈ ਡਾਈਟ ਬਦਲਣੀ ਹੈ ਡਾਈਟ ਦਾ ਹੀ ਮਿਲਟੀ ਖਾਰ ਲੈ ਰਹੇ ਹੁਣ ਜਿਵੇਂ ਨਾਲ ਫਲ ਖਾਣੇ ਪ੍ਰੋਪਰ ਮਾਤਰਾ ਚ ਨਾ ਫਲ ਇਸ ਮੌਕੇ ਹਾਂ ਇਸ ਮੌਕੇ ਪ੍ਰੋਪਰ ਮਾਤਰਾ ਚ ਖਾਂਦੇ ਆ ਠੀਕ ਹੋ ਜਾਣਗੇ ਗੂਗਲ ਦੇ ਨਹੀਂ ਹੁਣ ਬਾਅਦ ਚ ਤਾਂ ਫਿਰ ਉਹ ਮੈਨੂੰ ਸਮਝ ਹੀ ਨੀ ਲੱਗੀ ਫਿਰ ਮੈਂ ਉਹਨੂੰ ਫਰੀਦਕੋਟ ਮੈਡੀਕਲ ਚ ਭੇਜਤਾ ਖੈਰ ਵੱਧ ਕੇ ਬਾਅਦ ਚ ਤਾਂ ਇੰਦਰਪਾਲ ਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਜੀ ਮੈਂ ਹਰਪਿਸ ਸਿੰਪਲੈਕਸ ਬਾਰੇ ਪੁੱਛਣਾ ਚਾਹੁੰਦਾ ਸੀ ਜੀ ਇੱਕ ਤਾਂ ਹਰਪਿਸ ਜੋਸਟਰ ਹੁੰਦਾ ਇੱਕ ਹਰਪਿਸ ਸਿੰਪਲੈਕਸ ਆ ਪਹਿਲਾਂ ਵਾਇਰਸ ਦੀ ਗੱਲ ਹੋਈ ਸੀ ਹੁਣੀ ਬਹੁਤ ਵਧੀਆ ਤੁਹਾਡਾ ਹਰਪਿਸ ਸਿੰਪਲੈਕਸ ਜਿਹੜੀ ਹੈ ਜਿਹਨੂੰ ਆਪਾਂ ਕਹਿੰਦੇ ਆ ਬੁਖਾਰ ਹੱਗ ਗਿਆ ਹਾਂਜੀ ਆਮ ਪੁਰਾਣੀ ਭਾਸ਼ਾ ਚ ਆਪਣੀ ਹੁੰਦੀ ਸੀ ਵੀ ਬੁਖਾਰ ਅੱਗ ਗਿਆ ਨੱਕ ਦੇ ਆਲੇ ਦੁਆਲੇ ਪਿੰਸੀਆਂ ਚ ਹੋ ਜਾਂਦੀਆਂ ਸੀਗੀਆਂ ਤੇ ਉਹ ਦੋ ਕੁ ਦਿਨ ਤਾਂ ਬਾਹਲੀਆਂ ਤੰਗ ਕਰਦੀਆਂ ਸੀਗੀਆਂ ਫਿਰ ਹੌਲੀ ਹੌਲੀ ਤੀਜੇ ਕੁ ਦਿਨ ਠੀਕ ਹੋ ਜਾਂਦੀ ਸੀ ਜਲਣ ਜੀ ਹੁੰਦੀ ਉਹਦੇ ਨਾਲ ਸਿੰਪਲੈਕਸ ਹੁੰਦੀ ਹੈ ਹਰਪਿਸ ਸਿੰਪਲੈਕਸ ਹੁੰਦੀ ਹੈ ਉਹ ਟੀਕਾਕਰਨ ਕਰਦੀ ਹੈ ਜਦੋਂ ਜਿਹੜੀਆਂ ਵਾਇਰਸ ਨੇ ਨਾ ਬੜੀ ਬੜੀ ਸਾਡੀਆਂ ਦੋਸਤ ਨੇ ਇਹ ਸਾਨੂੰ ਜਿਹੜੀ ਜੁਕਾਮ ਦੀ ਵਾਇਰਸ ਹੈ ਜਾਂ ਇਹ ਸਾਨੂੰ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੀਆਂ ਨੇ ਸਾਡੇ ਸਾਡਾ ਨੈਚੁਰਲ ਟੀਕਾਕਰਨ ਕਰਦੀਆਂ ਰਹਿੰਦੀਆਂ ਨੇ ਬਾਕੀ ਲੋਕਾਂ ਦੀ ਘੱਟ ਹੁੰਦੀ ਆ ਐਚ ਆਈ ਵੀ ਵਾਲਿਆਂ ਚ ਮਰੀਜ਼ ਬਹੁਤ ਜ਼ਿਆਦਾ ਹੁੰਦੀ ਆ ਉਹ ਜਿਹੜੀ ਹੈ ਇਹਦਾ ਇੱਕੋ ਹੱਲ ਹੈ ਇੱਕ ਮੀਟਰ ਹੈ ਹਰਪੀ ਸਿੰਪਲੈਕਸ ਜੇ ਅਗਰ ਵਾਰ ਵਾਰ ਹੋ ਰਹੀ ਹੈ ਜਾਂ ਹੋ ਕੇ ਹਟ ਨਹੀਂ ਰਹੀ ਦੋ ਗੱਲਾਂ ਅਲੱਗ ਹੋ ਗਈਆਂ ਨਾ ਮੈਂ ਗੱਲ ਕਰ ਰਿਹਾ ਸੀ ਹਰਪੀ ਸਿੰਪਲੈਕਸ ਹੋਈ ਫਿਰ ਮੁੜ ਕੇ ਸਾਲ 6 ਮਹੀਨੇ ਨਹੀਂ ਹੁੰਦੀ ਠੀਕ ਹੈ ਸਰ ਸਾਲ 6 ਮਹੀਨੇ ਬਾਅਦ ਫਿਰ ਇੱਕ ਅੱਧੀ ਵਾਰੀ ਹੋ ਜਾਂਦੀ ਹੈ ਉਹ ਹੋ ਗਈ ਨੈਚੁਰਲ ਹਰਪੀ ਸਿੰਪਲੈਕਸ ਜਿਹੜੀ ਹੈ ਟੀਕਾਕਰਨ ਕਰ ਰਹੀ ਕੁਦਰਤ ਸਾਨੂੰ ਹਾਂਜੀ ਹਾਂਜੀ ਦੂਜੀ ਹਰਪੀ ਸਿੰਪਲੈਕਸ ਹੋ ਗਈ ਕਿ ਹਰਪੀ ਸਿੰਪਲੈਕਸ ਹੋਈ ਅੱਜ ਹੋਈ 15 ਮਹੀਨੇ ਬਾਅਦ ਫਿਰ ਹੋ ਗਈ 15 ਮਹੀਨੇ ਬਾਅਦ ਹੋਈ ਜਾ ਰਹੀ ਹੈ ਜਾਂ ਜਿਵੇਂ ਤੁਹਾਡੇ ਕੇਸ ਚ ਕਰੋਨਿਕ ਹੈ ਕਿ ਹੋ ਗਈ ਤਾਂ ਹਟਦੀ ਹੋਈ ਨਹੀਂ ਹੈ ਹਾਂਜੀ ਕੁਛ ਵੀ ਦਵਾਈ ਨਹੀਂ ਖਾਣੀ ਬਸ ਖੁਸ਼ ਹੋ ਜਾਓ ਤੁਸੀਂ ਇਸ ਗੱਲ ਤੇ ਮੈਂ ਹੁਣ ਆਪਣੀ ਇਮਿਊਨਿਟੀ ਬੂਸਟ ਕਰਨੀ ਹੈ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਇਮਿਊਨਿਟੀ ਲੋਅ ਹੈ ਮੈਂ ਹੁਣ ਆਪਣੀ ਇਮਿਊਨਿਟੀ ਬੂਸਟ ਕਰਨ ਲਈ ਆਹ 10 ਗੱਲਾਂ ਕਰਨੀਆਂ ਨੇ ਹਾਂਜੀ ਠੀਕ ਹੈ ਕਿਸੇ ਇੱਕ ਗੱਲ ਨਾਲ ਨਹੀਂ ਸਟਰੋਂਗ ਹੋਣੀ ਹੁਣ ਇਮਿਊਨਿਟੀ
ਠੀਕ ਹੈ ਜੀ, ਇੱਕ ਤੋਂ ਵੱਧ ਗੱਲਾਂ ਕਰਨੀਆਂ ਪੈਣਗੀਆਂ। ਠੀਕ ਹੈ ਜੀ, ਪਹਿਲੀ ਗੱਲ ਕੀ ਕਰਨੀ ਹੈ ਕਿ ਆਪਣੀ ਆਪਾਂ ਸਾਰੀ, ਮੈਂ 8-10 ਗੱਲਾਂ ਸਾਰੀਆਂ ਗਿਣ ਦਿੰਦਾ, ਹਾਂਜੀ, ਖਾਣੇ ਤੋਂ ਲੈ ਕੇ ਜਿਹੜੀ ਹੈ ਸਪਿਰਚੁਅਲਿਟੀ ਤੱਕ। ਠੀਕ ਹੈ ਸਰ। ਖਾਣਾ ਜਿਹੜਾ ਹੈ, ਹਾਂਜੀ, ਜੋ ਆਪਾਂ ਕਹਿੰਦੇ ਹਾਂ ਡਾਇਟ, ਡਾਇਟ ਜੋ ਕਹਿੰਦੇ ਉਹ ਖਾਓ। ਠੀਕ ਹੈ ਸਰ, ਨੰਬਰ ਇੱਕ। ਠੀਕ ਹੈ ਸਰ। ਨੰਬਰ ਦੋ ਤੇ ਕਾੜੇ, ਇਮਿਊਨਿਟੀ ਕਾੜੇ, ਹਾਂਜੀ, ਕਾੜੇ ਉਹਦੇ ਅੰਦਰ ਗਲੋ, ਹਾਂਜੀ, ਹਾਂਜੀ, ਦੋ ਤਾਂ ਇਹ ਬਹੁਤ ਕਮਾਲ ਦੇ ਇਮਿਊਨਿਟੀ ਬੂਸਟਰ ਕਾੜੇ ਆ। ਠੀਕ ਹੈ ਜੀ, ਨਿੰਮ ਔਰ ਗਲੋ, ਬਾਕੀ ਹੋਰ ਵੀ ਕਰ ਸਕਦੇ ਆ, ਜਿਵੇਂ ਜੀਰੇ ਦਾ ਕਾੜਾ ਜਾਂ ਹੋਰ ਵੀ ਲੈ ਸਕਦੇ, ਪਰ ਤੁਸੀਂ ਨਿੰਮ ਤੇ ਗਲੋ ਹਫ਼ਤਾ ਹਫ਼ਤਾ ਬਦਲ ਬਦਲ ਕੇ, ਠੀਕ ਹੈ, ਦੋ ਜਾਂ ਤਿੰਨ ਸਾਈਕਲ ਕਰੋ। ਠੀਕ ਹੈ ਸਰ, ਦੋ ਜਾਂ ਤਿੰਨ ਸਾਈਕਲ ਕਰੋ, ਹਫ਼ਤਾ ਗਲੋ, ਹਫ਼ਤਾ ਨਿੰਮ, ਫਿਰ ਹਫ਼ਤਾ ਗਲੋ, ਫਿਰ ਹਫ਼ਤਾ ਨਿੰਮ, ਫਿਰ ਹਫ਼ਤਾ ਗਲੋ, ਫਿਰ ਤਿੰਨ ਸਾਈਕਲ ਕਰ ਲਓ, ਛੇ ਹਫ਼ਤੇ। ਠੀਕ ਹੈ ਸਰ, ਛੇ ਹਫ਼ਤੇ, ਜੇ ਪਹਿਲਾਂ ਠੀਕ ਹੋ ਗਿਆ ਤਾਂ ਉਹਨੂੰ ਉਹਨੂੰ ਬੰਦ ਕਰ ਦਿਓ ਜਾਂ ਘਟਾ ਦਿਓ। ਠੀਕ ਹੈ ਸਰ, ਸੋ ਇਹ ਹੋ ਗਏ ਕਾੜੇ। ਹਾਂਜੀ, ਨੰਬਰ ਤਿੰਨ ਤੇ ਆ ਗਿਆ ਤੁਹਾਡਾ ਜਿਹੜਾ ਹੈ ਕੋਈ ਨਾ ਕੋਈ ਸਰੀਰ ਨੂੰ ਵਰਜਿਸ਼, ਵਰਜਿਸ਼। ਠੀਕ ਹੈ ਜੀ, ਕਿ ਕੰਮ ਕੀ ਕਰਦੇ ਹੋ? ਮੈਂ ਸਰ ਟੀਚਰ ਹਾਂ ਜੀ। ਬਸ ਟੀਚਰ ਹੋ ਤਾਂ ਐਜੂਕੇਸ਼ਨ ਡਿਪਾਰਟਮੈਂਟ ਦਬਲ ਕੇ 1.5 ਘੰਟਾ 2 ਘੰਟੇ ਫਿਜ਼ੀਕਲ ਐਕਸਰਸਾਈਜ਼ ਕਰਨੀ ਹੈ, ਜਿਹੜੀ ਤੁਹਾਨੂੰ ਪਸੰਦ ਹੈ, ਜਿਹੜੀ ਪਸੰਦ। ਠੀਕ ਹੈ ਸਰ, ਵੈਸੇ ਮੈਂ ਵਾਕਿੰਗ ਕਰਦਾ ਹੁੰਦਾ ਸਰ ਲਗਭਗ। ਵਾਕਿੰਗ ਉਮਰ ਕਿੰਨੀ ਹੈ? ਮੇਰੀ ਹੈਗੀ ਹੈ 45। ਕੋਈ ਗੱਲ ਨਹੀਂ, ਵਾਕਿੰਗ ਕਰਦੇ ਨਾ, ਹੁਣ ਤੁਸੀਂ ਵਾਕਿੰਗ ਜਿਹੜੀ ਕਰਨੀ ਉਹਦਾ ਸਟਾਈਲ ਬਦਲ ਦਿਓ। ਹਾਂਜੀ, ਵਾਕਿੰਗ ਕਰਦੇ ਕਰਦੇ ਇੱਕਦਮ ਤੇਜ਼ ਹੋ ਜਾਓ। ਠੀਕ ਹੈ ਸਰ, ਫਿਰ ਸਲੋ ਹੋ ਜਾਓ। ਠੀਕ ਹੈ, ਤੇਜ਼ ਹੋ ਜਾਓ, ਮਤਲਬ ਜਦੋਂ ਸਾਹ ਠੀਕ ਹੋ ਗਿਆ, ਇੱਕ ਵਾਰ ਸਾਹ ਚੜੇਗਾ ਨਾ, ਜਦੋਂ ਤੇਜ਼ ਹੋਗੇ ਸਾਹ ਸਾਹ ਸਹੀ ਹੋ ਜਾਓਗੇ। ਹਾਂਜੀ ਹਾਂਜੀ, ਸਾਹ ਸਹੀ ਉਹਨਾਂ ਕੀ ਹੋਣਾ ਜਿੰਨਾ ਸਹਿੰਦਾ ਸਹਿੰਦਾ। ਹਾਂਜੀ, ਉਹ ਨਹੀਂ ਕਰਨਾ, ਐਡਵੈਂਚਰ ਨਹੀਂ ਮਾਰਨਾ, ਐਡਵੈਂਚਰ ਨਹੀਂ ਮਾਰਨਾ, ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਠੀਕ ਹੈ ਸਰ, ਤੇਜ਼ ਹੋਣਾ, ਜਦੋਂ ਸਾਹ ਕਾਫੀ ਤੇਜ਼ ਚੱਲਣ ਲੱਗ ਗਿਆ ਫਿਰ ਸਲੋ ਜਾਣਾ, ਫਿਰ ਜਦੋਂ ਸਾਹ ਠੀਕ ਹੋ ਗਿਆ ਫਿਰ ਤੇਜ਼ ਹੋ ਜਾਣਾ। ਹਾਂਜੀ, ਇੱਦਾਂ 8-10 ਸਾਈਕਲ, ਤੇਜ਼ ਹੋ ਗਏ ਸਲੋ ਹੋ ਗਏ, ਤੇਜ਼ ਹੋ ਗਏ ਸਲੋ ਹੋ ਗਏ, ਇਹ ਜਿਹੜੀ ਵਰਜਿਸ਼ ਹੈ ਤਾਂ ਬਹੁਤ ਕਮਾਲ ਦਾ ਅਸਰ ਹੁੰਦਾ ਬਾਡੀ ਤੇ। ਠੀਕ ਹੈ ਸਰ, ਅਤੇ ਇੰਟਰਮੀਡੈਂਟ ਐਰੋਬਿਕਸ, ਇੰਟਰਮੀਡੈਂਟ ਐਰੋਬਿਕਸ ਮਤਲਬ ਕਿ ਵਿੱਚ ਵਿੱਚ ਬਹੁਤ ਸਾਹੋ ਸਾਹੀ ਹੋ ਜਾਣਾ, ਹਾਂਜੀ ਹਾਂਜੀ, ਫਿਰ ਸਲੋ ਹੋ ਜਾਣਾ, ਫਿਰ ਸਾਹੋ ਸਾਹੀ ਹੋ ਜਾਣਾ, ਫਿਰ ਸਲੋ ਹੋ ਜਾਣਾ, ਇਹ ਇਸ ਸਾਈਡ ਜਿਹੜਾ ਵਿੱਚ ਵਿੱਚ ਜਾਂ ਜਿਵੇਂ ਜਿਵੇਂ ਉਸ ਅਗਲੀ ਸਟੇਜ ਚੱਲ ਜਾਓ, ਹਫ਼ਤੇ ਕੁ ਬਾਅਦ ਭੱਜ ਵਿੱਚ ਭੱਜਣ ਲੱਗ ਜਾਓ, ਹਾਂਜੀ, ਦੌੜਨ ਲੱਗ ਜਾਓ, ਤਾਂ ਉਹ ਇਹ ਇਹ ਕਰ ਲਓ, ਇਹ ਕਰ ਲਓ। ਠੀਕ ਹੈ ਸਰ, ਇਹਦੇ ਨਾਲ ਤੁਹਾਡੀ ਇਮਿਊਨਿਟੀ ਬਹੁਤ ਬੂਸਟ ਹੋਏਗੀ। ਹਾਂਜੀ, ਐਕਸਰਸਾਈਜ਼ ਤੋਂ ਬਾਅਦ ਤੁਹਾਡੀ ਆ ਗਈ ਜਿਹੜੀ ਹੈ ਹੋਰ ਇਹਦੀ ਹੋਮ ਰੈਮਡੀ, ਆਪਾਂ ਕੋਈ ਟਿਕਾੜਿਆਂ ਤੋਂ ਇਲਾਵਾ ਵੀ ਅਡੋਪਟ ਕਰ ਸਕਦੇ ਹਾਂ, ਜਿੱਦਾਂ ਮੰਨ ਲਓ ਹਲਦੀ ਹੈ। ਹਾਂਜੀ, ਹਲਦੀ ਦਾ ਇਸਤੇਮਾਲ ਥੋੜ੍ਹਾ ਜਿਹਾ ਵਧਾ ਲਓ। ਠੀਕ ਹੈ ਸਰ, ਕੀ ਕਰੋ, ਦੋ ਤਰੀਕੇ ਹਲਦੀ ਦਾ ਇਸਤੇਮਾਲ ਵਧਾਉਣ ਦੇ, ਇੱਕ ਤਾਂ ਹਲਦੀ ਕਾੜਾ ਪਾਓ, ਦੂਜਾ ਪੀ ਰਹੇ ਹਾਂ ਕਿਉਂਕਿ ਕਾੜਾ ਨਾ ਪੀਓ ਉਹਦੇ 'ਚ। ਹਲਦੀ ਨੂੰ ਕੀ ਕਰੋ, ਹਲਦੀ ਨੂੰ ਘੀ ਥੋੜ੍ਹਾ ਗਰਮ ਕਰੋ ਜਾਂ ਤੜਕਾ ਬਣਾ ਲਓ, ਪਿਆਜ਼ ਟਮਾਟਰ ਹਲਦੀ ਦਾ, ਉਹ ਉਹਦੇ 'ਚ ਆਪਣੇ ਜਦੋਂ ਖਾਣਾ ਖਾਣ ਬੈਠੇ ਤਾਂ ਉਹ 2-3 ਚਮਚੇ ਬਣ ਗਏ ਨਾ, ਕੋਲੇ ਰੱਖ ਲਓ, ਉਹਨੂੰ ਆਪਣੀ ਸਬਜ਼ੀ 'ਚ ਮਿਕਸ ਕਰ ਲਓ, ਐਕਸਟਰਾ ਐਕਸਟਰਾ ਹਲਦੀ। ਲਗਭਗ ਕਿੰਨੀ ਲੈਣੀ ਚਾਹੀਦੀ, ਚਮਚਾ, ਅੱਧਾ ਚਮਚਾ? ਅੱਧਾ ਚਮਚਾ, ਅੱਧਾ ਚਮਚਾ, ਅੱਧਾ ਚਮਚਾ, ਅੱਧਾ ਚਮਚਾ, ਜ਼ਿਆਦਾ ਕੌੜੀ ਹੋ ਜਾਂਦੀ ਹੈ, ਟੇਸਟ ਖਰਾਬ ਹੁੰਦਾ। ਠੀਕ ਹੈ ਸਰ, ਅੱਧਾ ਕੁ ਚਮਚਾ ਹਲਦੀ ਜਿਹੜੀ ਆ ਉਹਨੂੰ ਜਾਂ ਤਾਂ ਘਿਓ 'ਚ ਮਾੜਾ ਜਿਹਾ ਗਰਮ ਕਰਕੇ ਰੱਖ ਲਓ, ਜਾਂ ਬੇਸ਼ੱਕ ਥੋੜਾ ਪਿਆਜ਼ ਲਸਣ ਪਾਉਣਾ ਉਹ ਵੀ ਪਾ ਲਓ, ਉਹਦੇ ਵਿੱਚ ਟੇਸਟ ਲਈ ਲੂਣ ਮਿਰਚ ਵਗੈਰਾ ਪਾ ਸਕਦੇ ਨਾ? ਪਾ ਲਓ ਪਾ ਲਓ ਪਾ ਲਓ, ਕੋਈ ਗੱਲ ਨਹੀਂ, ਟੇਸਟ ਦੇ ਹਿਸਾਬ ਨਾਲ ਢਾਲ ਲਓ ਉਹਨੂੰ, ਬਸ ਉਹਨੂੰ ਸਵਾਲ ਦਾ ਪਤਾ, ਅੱਧਾ ਚਮਚਾ ਹਲਦੀ ਖਾਣੀ ਹੈ, ਇਹਦੇ ਅੰਦਰ ਢੰਗ ਸਿਰ ਢੰਗ ਨਾਲ ਖਾਣੀ, ਵੀ ਆਪਾਂ ਨੂੰ ਇਹ ਨਾ ਲੱਗੇ ਕਿ ਮੈਂ ਕੋਈ ਧੱਕਾ ਹੋ ਰਿਹਾ ਮੇਰੇ ਨਾਲ। ਹਾਂਜੀ, ਠੀਕ ਹੈ ਸਰ, ਉਹ ਇੱਕ ਹਲਦੀ ਬੂਸਟ, ਇਮਿਊਨਿਟੀ ਬੂਸਟਰ ਹੋ ਸਕਦੀ, ਇੱਕ ਲਸਣ ਜਾਂ ਸਰ ਇੱਕ ਕਰਕਿਊਮਿਨ ਜਿਵੇਂ ਹੁੰਦਾ ਹਲਦੀ ਦਾ, ਉਹ ਆਉਂਦਾ ਕਰਕਿਊਮਿਨ, ਛੱਡ ਦੋ ਦਫਾ ਕਰੋ ਮੈਨੂੰ, ਨਹੀਂ ਉਹ ਐਵੇਂ ਕਿਉਂ ਪੈਸੇ ਖਰਚਣੇ? ਠੀਕ ਹੈ ਸਰ, ਕਰਕਿਊਮਿਨ ਹਲਦੀ 'ਚੋਂ ਲੈਣਾ ਨਾ ਆਪਾਂ ਨੇ। ਹਾਂਜੀ, ਕਾਲੀ ਮਿਰਚ ਜ਼ਰੂਰ ਪਾ ਲਿਓ, ਜਦੋਂ ਹਲਦੀ ਨੂੰ ਗਰਮ ਕਰੋਗੇ ਕਾਲੀ ਮਿਰਚ ਨਾਲ ਜ਼ਰੂਰ ਪਾਉਣੀ, ਜਦੋਂ ਹਲਦੀ ਦਾ ਅਸੂਲ ਰੱਖਣਾ, ਦੋ ਚੀਜ਼ਾਂ ਉਹਦੇ ਅੰਦਰ ਬਹੁਤ ਜ਼ਰੂਰੀ ਹੁੰਦੀਆਂ ਹਲਦੀ ਦੇ ਨਾਲ, ਕਾਲੀ ਮਿਰਚ ਔਰ ਘੀ। ਠੀਕ ਹੈ ਸਰ, ਜਦੋਂ ਵੀ ਹਲਦੀ ਖਾਣੀ ਹੈ ਕਾਲੀ ਮਿਰਚ ਔਰ ਘੀ ਦੇ ਨਾਲ ਖਾਣੀ ਹੈ। ਠੀਕ ਹੈ ਸਰ, ਚੁਟਕੀ ਕਾਲੀ ਮਿਰਚ ਪਾ ਲਈ, ਦੋ ਚੁਟਕੀ ਤੇ ਨਾਲ ਘੀ ਥੋੜਾ ਜਿਹਾ ਗਰਮ ਕਰਕੇ ਰੱਖ ਲਓ। ਠੀਕ ਹੈ ਸਰ, ਅੱਛਾ ਉਸ ਤੋਂ ਬਾਅਦ ਆ ਗਿਆ ਲਸਣ ਤੁਹਾਡਾ। ਹਾਂਜੀ, ਲਸਣ ਤੇ ਅਦਰਕ ਦੋ ਚੀਜ਼ਾਂ ਨੇ ਜਿਹਨੂੰ ਕਿ ਖਾਣ ਦਾ ਤਰੀਕਾ ਮੂੰਹ 'ਚ ਘੋਲਣਾ ਜਿਹੜਾ ਬਹੁਤ ਵਧੀਆ ਤਰੀਕਾ ਹੈ। ਲਸਣ ਦੀ ਪੋਥੀ ਨੂੰ ਮੂੰਹ 'ਚ ਰੱਖੋ, ਹਾਂਜੀ, ਉਹਨੂੰ ਜਦੋਂ ਸੈਰ ਕਰਨ ਗਏ ਉਦੋਂ ਮੂੰਹ 'ਚ ਰੱਖ ਲਓ, ਉਹਨੂੰ ਹੌਲੀ ਹੌਲੀ ਹਲਕੀ ਹਲਕੀ ਬਾਈਟ ਕਰੀ ਜਾਓ ਸਾਈਡ ਤੋਂ। ਠੀਕ ਹੈ ਜੀ, ਉਹਨੂੰ ਮੂੰਹ 'ਚ ਘੋਲ ਦਿਓ 1.5 ਘੰਟੇ 'ਚ। ਠੀਕ ਹੈ ਜੀ, ਬਸ ਇਹ ਉਹ ਇੱਕੋ ਪੋਥੀ ਬਹੁਤ ਹੈ। ਜੇ ਸ਼ਾਮ ਨੂੰ ਟਾਈਮ ਹੈਗਾ ਤਾਂ ਇੱਦਾਂ ਹੀ ਅਦਰਕ ਦਾ ਟੋਟਾ ਮੂੰਹ 'ਚ ਰੱਖੋ, ਉਂਗਲ ਦੇ ਪੋਟੇ ਜਿੰਨਾ। ਠੀਕ ਹੈ ਜੀ, ਉਹਨੂੰ ਇੱਦਾਂ ਹੀ ਮੂੰਹ 'ਚ ਘੋਲ ਦਿਓ। ਠੀਕ ਹੈ, ਇਹ ਕੁਛ ਤਰੀਕੇ ਨੇ, ਇਹਨੂੰ ਕਰ ਲਓ, ਇਹ ਇਮਿਊਨਿਟੀ ਬੂਸਟਰ ਹੈ। ਉਹ ਵੀ ਸੇਮ ਹੀ? ਹਾਂ ਹਾਂ, ਇੱਦਾਂ ਹੀ ਉਹ ਕਰ ਦਿੰਦੇ। ਅਲੱਗ ਅਲੱਗ ਹੋਣੇ ਚਾਹੀਦੇ ਕਿ ਸੇਮ ਇਕੱਠੇ ਪਾ ਸਕਦੇ? ਨਹੀਂ, ਇਕੱਠੇ ਨਹੀਂ ਕਰਨੇ, ਸਵੇਰੇ ਲਸਣ ਲੈ ਲਿਆ, ਸ਼ਾਮ ਨੂੰ ਅਦਰਕ ਲੈ ਲਿਆ, ਜਾਂ ਜੇ ਨਹੀਂ ਉਦਾਂ ਲੱਗਦਾ ਤਾਂ ਅਦਰਕ ਦਾ ਅਚਾਰ ਨਾਲ ਰੱਖ ਲਿਆ ਕਰੋ, ਰੋਟੀ ਖਾਣਾ ਜਦੋਂ ਤਾਂ ਅਦਰਕ ਲੈ ਕੇ ਉਹਨੂੰ ਹੌਲੀ ਹੌਲੀ ਮੂੰਹ ਚਿਉ ਚਿਉ ਕਰਨਾ।
ਜੇ ਤਾਂ ਰੋਟੀ ਪਹਿਲਾਂ ਖਾ ਲਓਗੇ ਤਾਂ ਜ਼ਿਆਦਾ ਅਸਰ ਕਰੇਗੀ, ਰੋਟੀ ਦੇ ਨਾਲ ਖਾ ਲਓਗੇ ਤਾਂ ਵੀ ਅਸਰ ਕਰ ਜਾਏਗੀ, ਘੱਟ ਕਰੇਗੀ ਥੋੜ੍ਹਾ ਜਿਹਾ। ਠੀਕ ਹੈ ਸਰ। ਤੋ ਉਹ ਉਹ ਹੋ ਗਿਆ ਤੁਹਾਡਾ। ਦੂਜਾ ਹੋ ਗਿਆ ਮਾਇੰਡ ਮੈਨੇਜਮੈਂਟ, ਇਮਿਊਨਿਟੀ ਬੂਸਟਰ ਸੈਂਸ ਬਹੁਤ ਵੱਡਾ ਹੁੰਦਾ ਮਾਇੰਡ ਮੈਨੇਜਮੈਂਟ। ਉੱਥੋਂ ਇਸ ਹੌਲੀ ਹੌਲੀ ਅਡੋਪਟ ਕਰਨਾ ਪਊਗਾ, ਇੱਕਦਮ ਨਹੀਂ ਹੁੰਦਾ ਹੈ ਕਿ ਕਿੱਦਾਂ ਖੁਸ਼ ਰਹਿਣਾ, ਕਿੱਦਾਂ ਪੋਜ਼ਿਟਿਵ ਰਹਿਣਾ, ਉਹ ਸਥਿਤੀ 'ਚ ਰਹਿਣਾ। ਔਰ ਲਾਸਟ ਹੁੰਦਾ ਕਿ ਕਿੱਦਾਂ ਮੂਲ ਨਾਲ ਜੁੜ ਕੇ ਰਹਿਣਾ ਅਤੇ ਕੁਦਰਤ ਨਾਲ ਜੁੜ ਕੇ ਰਹਿਣਾ। ਹਾਂਜੀ। ਸੋ ਕੁਦਰਤ ਦੇ ਅਸੀਂ ਬੱਚੇ ਹਾਂ, ਕੁਦਰਤ ਨਾਲ ਜਿੰਨੇ ਜੁੜ ਕੇ ਰਹਾਂਗੇ, ਤੁਸੀਂ ਮਤਲਬ ਪਾਣੀ ਕੋਲ ਜਾਂਦੇ ਹੋ ਤਾਂ ਇੱਕ ਸ਼ੁੱਧ ਭਾਵਨਾ ਨਾਲ ਜਾਓ, ਪਾਣੀ ਨੂੰ ਓਬਜ਼ਰਵ ਕਰੋ, ਪਾਣੀ ਵਗਦਾ, ਪਾਣੀ ਜਦੋਂ ਪਾਣੀ ਪਿੰਡੇ 'ਤੇ ਪੈਂਦਾ ਤਾਂ ਉਹਦੀ ਥੈਂਕਫੁਲਨੈਸ ਜਦੋਂ ਫੀਲਿੰਗ ਉਹ ਆਉਂਦੀ, ਫਰੈਸ਼ਨੈਸ ਦੀ, ਤਾਜ਼ਗੀ ਦੀ, ਤਾਂ ਉਹਦੇ ਅੰਦਰ ਨਾਲ ਥੈਂਕਫੁਲਨੈਸ ਦੀ ਮਤਲਬ ਵਾਹੋ ਦੀ ਫੀਲਿੰਗ ਲੈ ਕੇ ਆਓ। ਠੀਕ ਹੈ ਸਰ। ਬਾਰ ਬਾਰ ਜਦੋਂ ਪਾਣੀ ਪਾ ਰਹੇ ਹੋ ਤਾਂ ਵਾਹੋ, ਮਤਲਬ ਇੱਕ ਆਉਂਦੀ ਅੰਦਰ ਆਪਣੇ ਆਪ ਉੱਠੇਗੀ ਫਿਰ। ਹਾਂਜੀ ਹਾਂਜੀ ਹਾਂਜੀ। ਕਿਆ ਬਾਤ ਹੈ, ਪਾਣੀ ਪਾਉਣ ਤੋਂ ਬਾਅਦ ਇਹਨਾਂ ਦੇ ਇੱਦਾਂ ਦੀ ਫੀਲਿੰਗ ਹੁੰਦੀ ਹੈ ਕਿ ਜਿਹੜੀ ਮਤਲਬ ਤੁਹਾਡੇ ਸਰੀਰ ਦੇ ਅੰਦਰ ਇੱਕ ਸਫੁਰਤੀ ਆਉਂਦੀ ਹੈ, ਇੱਕ ਅੱਛੀ ਆਨੰਦ ਦੀ ਫੀਲਿੰਗ ਆਉਂਦੀ ਹੈ। ਇਸੇ ਤਰ੍ਹਾਂ ਹਵਾ ਜਦੋਂ ਜਾਂਦੇ ਤੇਜ਼ ਹਵਾ ਚੱਲ ਰਹੀ ਹੈ ਤਾਂ ਹਵਾ 'ਚ ਜਾਓ, ਬਾਹਰ ਖੁੱਲ੍ਹੀ ਹਵਾ 'ਚ, ਔਰ ਜਦੋਂ ਹਵਾ ਨੂੰ ਖੋਲ੍ਹ ਕੇ ਜਿਵੇਂ ਬਾਹਾਂ ਖੋਲ੍ਹ ਕੇ ਬੰਦਾ ਕਹਿੰਦਾ ਹਵਾ ਕਰਨਾ, ਹਾਂਜੀ ਹਾਂਜੀ, ਉਹਨੂੰ ਹਵਾ ਨੂੰ ਮਹਿਸੂਸ ਕਰੋ, ਫਿਰ ਕੁਦਰਤ ਦੇ ਹੋਰ ਦਰਖਤ ਕੋਲ ਖੜੇ ਹੋ, ਦਰਖਤ ਨੂੰ ਜੱਫੀ ਪਾਓ, ਦਰਖਤਾਂ ਪ੍ਰਤੀ ਪੋਜ਼ਿਟਿਵ ਫੀਲਿੰਗ ਲੈ ਕੇ ਜਾਓ ਕਿ ਦਰਖਤ ਕਿੱਡੀ ਵਧੀਆ ਚੀਜ਼ ਨੇ, ਪੌਦੇ ਕਿੱਡੀ ਵਧੀਆ ਚੀਜ਼ ਨੇ, ਸਾਡੀ ਪਰਮਾਤਮਾ ਦੀ ਊਰਜਾ ਦੇ ਸਾਡੇ ਉਹ ਟਰਾਂਸਫਾਰਮਰ ਨੇ, ਪਰਮਾਤਮਾ ਦੀ ਊਰਜਾ ਨੂੰ ਸੂਰਜ ਦੀ ਊਰਜਾ ਨੂੰ ਟਰਾਂਸਫਾਰਮ ਕਰਕੇ ਸਾਡੇ 'ਚ ਦੇ ਰਹੇ, ਪੌਦਿਆਂ ਨੂੰ ਇਸ ਭਾਵਨਾ ਨਾਲ ਪੌਦਿਆਂ 'ਚ ਵਿਚਰੋ। ਤੋ ਇਹ ਕੁਦਰਤ ਨਾਲ ਜੁੜਨਾ ਹੋ ਗਿਆ, ਫਿਰ ਮੂਲ ਨਾਲ ਜੁੜਨਾ ਹੋ ਗਿਆ ਕਿ ਪਰਮਾਤਮਾ ਨਾਲ ਸਿੱਧਾ ਜੁੜਨਾ, ਉਹ ਤੁਹਾਡੀ ਆਸਥਾ ਦੇ ਹਿਸਾਬ ਨਾਲ ਮੂਲ ਨਾਲ ਜੁੜਨਾ ਕਿ ਅਸਲ ਮੂਲ ਫਿਰ ਉਹ ਪਰਮਾਤਮਾ ਹੈ, ਅਸਲ ਮੂਲ ਪਰਮਾਤਮਾ ਹੈ। ਸਿਮਿਲਰਲੀ ਜਿਹੜੀ ਹੈ ਸਨ ਵਿਟਨੈਸ, ਸਨ ਗੇਜ਼ਿੰਗ ਕਹਿੰਦੇ ਉਹਨੂੰ, ਸੁਬਾਹ ਉੱਠ ਕੇ ਜਿਹੜਾ ਜੋ ਸੂਰਜ ਚੜ੍ਹ ਰਿਹਾ ਅਜੇ ਅਜੇ ਔਰੰਜ ਹੈ, ਕੇਸਰੀ ਕੇਸਰੀ ਰੰਗ 'ਚ ਹੈ, ਉਹਨੂੰ ਸੂਰਜ ਵੱਲ ਦੇਖਣਾ, ਥੈਂਕਫੁਲਨੈਸ, ਥੈਂਕਫੁਲਨੈਸ, ਉਹਨੂੰ ਧੰਨਵਾਦ ਦੀ ਜਾਂ ਨਮਸਕਾਰ ਦੀ ਸਥਿਤੀ 'ਚ ਕਿ ਧੰਨਵਾਦ ਸੂਰਜ ਦੇਵਤਾ ਤੂੰ ਆਇਆ ਅਤੇ ਇਸ ਧਰਤੀ ਨੂੰ ਸ਼ਿੰਗਾਰੇਂਗਾ, ਇਸ ਧਰਤੀ ਨੂੰ ਜਿਹਨੂੰ ਕਹਿੰਦੇ ਆ ਤੇਰੇ 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 ਸ਼ੋਅ ਨਾਲ ਇਹ ਪੌਦੇ ਜਿਹੜੇ ਨੇ ਇਹ ਆਪਣਾ ਆਪਣਾ ਕੰਮ ਕਰ ਰਹੇ ਹਾਂ, ਤਾਂ ਤੇਰਾ ਧੰਨਵਾਦ, ਤੂੰ ਪੂਰੀ ਸਿੱਖੀ ਉੱਪਰ ਕੁਦਰਤ ਨੂੰ, ਕੁਦਰਤ ਦੀ ਰਚਨਾ ਨੂੰ ਪਾਲ ਰਿਹਾ। ਤੂੰ ਇਸ ਭਾਵਨਾ ਨਾਲ ਸੂਰਜ ਵੱਲ ਦੇਖਣਾ ਵੀ, ਅੱਖਾਂ ਦੀ ਵੀ ਬਹੁਤ ਅੱਛੀ ਐਕਸਰਸਾਈਜ਼ ਹੈ, ਕੁਝ ਨਹੀਂ ਹੁੰਦਾ, ਡਰਨਾ ਨਹੀਂ, ਚੜ੍ਹਦੇ ਸੂਰਜ ਦੀ ਵੱਲ ਦੇਖਣ ਤੋਂ ਆਪਣੇ ਆਪ ਅੱਖਾਂ ਚਮਕ ਜਾਣਗੀਆਂ, ਜੇ ਕੋਈ ਦਿੱਕਤ ਹੋਏਗੀ ਨਾ, ਜੇ ਜ਼ਿਆਦਾ ਹੋਏਗਾ ਤਾਂ ਅੱਖਾਂ ਚਮਕ ਲਓ ਵਿੱਚ ਵਿੱਚ, ਬਹੁਤ ਜ਼ਿਆਦਾ ਸੂਰਜ ਚੜ੍ਹ ਗਿਆ ਉਦੋਂ ਨਹੀਂ ਦੇਖਣਾ ਸੂਰਜ ਵੱਲ, ਚੜ੍ਹ ਰਿਹਾ ਜਾਂ ਡੁੱਬ ਰਿਹਾ, ਔਰੇਂਜ ਕਲਰ 'ਚ, ਔਰੇਂਜ ਕਲਰ 'ਚ। ਠੀਕ ਹੈ ਸਰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇੱਕ ਸਾਰੀਆਂ ਜਿਹੜੀਆਂ ਸਾਡੀਆਂ ਰੇਂਜ ਹੋ ਗਈ ਪੂਰੀ ਇਮਿਊਨਿਟੀ ਬੂਸਟਿੰਗ ਦੀ, ਇਹ ਹਰ ਚੀਜ਼ ਦੇ ਵਿੱਚ ਆਪਣਾ ਆਪਣਾ ਰੋਲ ਪਲੇ ਕਰਦੀ ਇਮਿਊਨਿਟੀ ਬੂਸਟ ਕਰਨ 'ਚ। ਇੱਕ ਤਾਂ ਨਿੰਮ ਦਾ ਪਾਣੀ ਗਰਮ ਕਰਕੇ ਨਿੰਮ ਦੇ ਪਾਣੀ ਨਾਲ ਸਾਫ਼ ਕਰ ਲਿਆ ਕਰੋ। ਠੀਕ ਹੈ ਜੀ। ਨਿੰਮ ਦੇ ਪਾਣੀ ਨਾਲ ਸਾਫ਼ ਕਰ ਲਓ। ਦੂਜਾ ਹੋ ਸਕਦਾ ਜੇ ਨਿੰਮ ਦੇ ਪਾਣੀ ਨਾਲ ਸਾਫ਼ ਨਹੀਂ ਬਾਰ ਬਾਰ ਗਰਮ ਕਰ ਸਕਦਾ, ਨਿੰਮ ਦਾ ਤੇਲ ਰੱਖ ਲਓ। ਠੀਕ ਹੈ ਸਰ। ਤੋ ਨਹਾਉਣ ਤੋਂ ਬਾਅਦ ਨਿੰਮ ਦੇ ਤੇਲ ਪਿੱਛੇ ਮਾਸਕ ਪਿੱਛੇ ਕਰਕੇ ਨਿੰਮ ਦਾ ਤੇਲ ਲਾ ਲਿਆ। ਠੀਕ ਹੈ ਸਰ। ਨਿੰਮ ਦਾ ਤੇਲ ਲਾ ਕੇ ਫਿਰ ਮਾਸਕ ਕਰ ਲਿਆ, ਉਹਨੂੰ ਰਾਤ ਨੂੰ ਸੌਣ ਲੱਗਿਆ ਫਿਰ ਲਾ ਲਿਆ। ਠੀਕ ਹੈ ਸਰ। ਨਿੰਮ ਦਾ ਤੇਲ ਯੂਜ਼ ਕਰ ਲਓ, ਨਿੰਮ ਦਾ ਤੇਲ ਨਾਲ ਠੀਕ ਹੋ ਜਾਣਗੇ। ਠੀਕ ਹੋ ਜਾਣਗੇ, ਠੀਕ ਹੋ ਜਾਣਗੇ। ਠੀਕ ਹੈ ਸਰ। ਯੂ ਵਿਲ ਫਾਈਂਡ ਕਿ ਇਹ ਵਿਦਨ ਤੁਹਾਡੇ 15-20 ਦਿਨ ਮਹੀਨੇ 'ਚ ਮੁੜ ਕੇ ਨਹੀਂ ਹੋਣ, ਮੁੜ ਕੇ ਬਾਰ ਬਾਰ ਨਹੀਂ ਹੋਣਗੀਆਂ ਕੋਈ, ਜਿੰਨੀਆਂ ਜਿੰਨੀਆਂ ਤੰਗ ਕਰ ਰਹੀਆਂ ਤੁਹਾਨੂੰ ਉਨੀਆਂ ਜਲਦੀ ਉੱਡ ਜਾਂਦੀਆਂ। ਇਹ ਤਾਂ ਕੁਛ ਵੀ ਨਹੀਂ ਹੈ। ਐਚਆਈਵੀ ਦੇ ਮਰੀਜ਼ਾਂ 'ਚ ਜਿਹੜੇ ਮੱਸੇ ਤੋਂ ਵੀ ਅਗਲੀ ਇੱਕ ਬਿਮਾਰੀ ਹੁੰਦੀ ਹੈ, ਸਾਰਾ ਸਰੀਰ ਭੜ ਜਾਂਦਾ ਜਿੱਦਾਂ ਸਾਰੇ ਸਰੀਰ ਮੌਕੇ ਮੌਕੇ ਹੁੰਦੇ ਆ। ਔਰ ਬੜਾ ਹੀ ਮੈਂ ਜਦੋਂ ਕੰਮ ਕਰਨ ਗਿਆ ਉੱਥੇ ਐਚਆਈਵੀ ਸੈਂਟਰ 'ਚ, ਲੋਕ ਮਰੀਜ਼ ਕਿਆ ਕਰਨ ਵੀ ਆ ਜੀ ਆਹ ਬੜੀ ਭੈੜੀ ਬਿਮਾਰੀ ਆ, ਹੁੰਦੀ ਕਿਸੇ ਕਿਸੇ ਹੁੰਦੀ ਸੀ, ਲੇਕਿਨ ਬੜਾ ਮਤਲਬ ਮਰੀਜ਼ ਮਹਿਸੂਸ ਕਰਦਾ ਵੀ ਕਿਆ ਮੈਨੂੰ ਕੋਹੜ ਜਿਹਾ ਲੱਗ ਗਿਆ, ਉਹ ਐਡੇ ਐਡੇ ਮੱਸਿਆਂ ਨਾਲੋਂ ਵੱਡੇ ਵੱਡੇ ਉਹਨਾਂ ਦੇ ਹੋ ਜਾਂਦੇ ਆ। ਕੁਦਰਤ ਦੀ ਪਾਵਰ ਨੂੰ ਆਪਾਂ ਨੇ ਮਤਲਬ ਜਿਹਨੂੰ ਕਹਿੰਦੇ ਮਾਡਰਨ ਮੈਡੀਕਲ ਸਿਸਟਮ ਨੇ ਸਾਨੂੰ ਇੰਨਾ ਚੁੰਧਿਆਤਾ ਹੈ, ਦਵਾਈਆਂ ਟੀਕੇ, ਅਸੀਂ ਕੁਦਰਤ ਦੀ ਭਾਸ਼ਾ ਸਮਝਣੀ ਦੇਖਣੀ ਭੁੱਲ ਹੀ ਗਏ ਹਾਂ। ਜੇ ਤੁਸੀਂ ਕੁਦਰਤ ਦੀ ਭਾਸ਼ਾ ਦੇਖਾਂਗੇ ਤਾਂ ਅਸੀਂ ਸਾਨੂੰ ਜਿਹੜੀ ਜਿਹੜੀ ਮੈਡੀਸਨ ਦੀ ਐਲੋਪੈਥੀ ਦੇ ਹਸਪਤਾਲ ਜਿਹੜੇ ਨੇ ਬੜੇ ਬੌਣੇ ਲੱਗਣਗੇ, ਉਦੋਂ ਲੱਗਣਗੇ ਕਿਤੇ ਚੱਲੇ ਬੰਦੇ ਨੇ ਨਿੱਕੀ ਜਿਹੀ ਸਮੱਸਿਆ ਨੂੰ ਕੁੱਡਾ ਵੱਡਾ ਕਰਕੇ ਮਤਲਬ ਹੱਲ ਕਰਦੇ ਆ, ਮਤਲਬ ਬੰਦੂਕ ਨਾਲ ਮੱਛਰ ਮਾਰ ਰਹੇ ਆ, ਤੁਹਾਨੂੰ ਐਂ ਲੱਗੇਗਾ ਕਿ ਵੱਡੀਆਂ ਵੱਡੀਆਂ ਮਿਜ਼ਾਈਲਾਂ ਨਾਲ ਮੱਛਰ ਮਾਰਨ ਦੀ ਕੋਸ਼ਿਸ਼ ਕਰ ਰਹੇ ਬੰਦੇ, ਨਿੱਕੀ ਜਿਹੀ ਜਿਹੜੀ ਗੱਲ ਨਿੱਕੀ ਜਿਹੀ ਗੱਲ ਨਾਲ ਹੋ ਸਕਦੀ ਸੀ, ਉਹਨੂੰ ਬਦਲੇ ਏਡਾ ਵੱਡਾ ਐਡੀ ਵੱਡੀ ਬਿਲਡਿੰਗ ਬਣਾ ਬਿਲਕੁਲ ਬਿਲਕੁਲ ਤੁਹਾਨੂੰ ਬੜੇ ਬੌਣੇ ਲੱਗਣਗੇ, ਤੁਹਾਨੂੰ ਮਜ਼ਾਕ ਆਪਰੇਸ਼ਨ ਕਰ ਦਿੰਦੇ ਆ ਜੀ, ਹਾਸੀ ਆ ਗਈ ਤੁਹਾਨੂੰ ਵੀ ਕਿਹੋ ਜਿਹੇ ਪਾਗਲ ਨੇ ਬੰਦੇ। ਹਾਂਜੀ ਹਾਂਜੀ। ਪਾਵਰ ਨੂੰ, ਕੁਦਰਤ ਦੀ ਪਾਵਰ ਨੂੰ ਆਪਾਂ ਸਮਝੀਏ,
ਔਰ ਇਸ ਗੱਲ ਇਸ ਮੈਸੇਜ ਨੂੰ ਅਪਣਾਈਏ ਕਿ ਕੁਦਰਤ ਬਹੁਤ ਬੇਅੰਤ ਹੈ, ਬੇਅੰਤ ਹੈ ਤੇ ਉਸ ਬੇਅੰਤ ਕੁਦਰਤ ਦੇ ਆਪਾਂ ਲੜ ਲੱਗੀਏ ਤੇ ਬਹੁਤ ਅੱਛੇ ਰਿਜ਼ਲਟ, ਬਹੁਤ ਅੱਛੇ ਕਮਾਲ ਦੇ ਰਿਜ਼ਲਟ ਜੀ ਜੀ ਸਰ। ਇੱਕ ਸਰ ਪਹਿਲਾਂ ਹੁਣੇ ਗੱਲ ਹੋਈ ਸੀ ਈ ਐਸ ਆਰ ਦੀ, ਇਹ ਈ ਐਸ ਆਰ ਜਿਹੜਾ ਚਲੋ ਇਨਫਲਾਮੇਸ਼ਨ ਹੋ ਸਕਦੀ ਕਿਤੇ ਵੀ, ਪਰ ਆਪਾਂ ਨੂੰ ਪਤਾ ਨਹੀਂ ਉਹ ਕਿੱਥੇ ਆ, ਫਿਰ ਉਹਨੂੰ ਘਟਾਇਆ ਕਿਵੇਂ ਜਾ ਸਕਦਾ? ਨਹੀਂ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ, ਕਿਉਂਕਿ ਇਨਫਲਾਮੇਸ਼ਨ ਜਿਹੜੀ ਹੈ ਨਾ ਜਿਹੜੀ ਡਾਕਟਰਾਂ ਨੇ ਇਨਫਲੇਮੇਸ਼ਨ ਵਾਲੀਆਂ ਬਿਮਾਰੀਆਂ ਦੇ ਚੇਪੀਆਂ ਲਾਈਆਂ ਹੋਈਆਂ ਨੇ, ਬਿੱਲੇ ਲਾਏ ਹੋਏ ਆ, ਤਾਂ ਥੋੜੀਆਂ ਬਿਮਾਰੀਆਂ ਨੇ ਬਹੁਤ। ਇਨਫਲੇਮੇਸ਼ਨ ਸਭ ਤੋਂ ਭੈੜੀ ਇਨਫਲੇਮੇਸ਼ਨ ਜਿਹੜੀ ਬਾਡੀ ਦੇ ਅੰਦਰ ਹੁੰਦੀ ਹੈ ਉਹ ਹੁੰਦੀ ਹੈ ਖੂਨ ਦੀਆਂ ਨਾੜਾਂ ਦੇ ਅੰਦਰ। ਹਾਂਜੀ, ਉਹ ਇਨਫਲੇਮੇਸ਼ਨ ਕਿਸੇ ਨੂੰ ਦਿਸਦੀ ਨਹੀਂ ਹੈ, ਦਿਸਦੀ ਨਹੀਂ ਹੈ, ਔਰ ਸਭ ਤੋਂ ਜ਼ਿਆਦਾ ਨੁਕਸਾਨ ਉਹ ਕਰਦੀ ਹੈ ਕਿਉਂਕਿ ਖੂਨ ਦੀਆਂ ਨਾੜਾਂ ਨੂੰ ਅੰਦਰ ਹੌਲੀ 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 ਸਖ਼ਤ ਕਰ ਦਿੰਦੀ ਆ। ਹਾਂਜੀ, ਜਿੰਨੀਆਂ ਹਾਰਟ ਅਟੈਕਸ ਹੁੰਦੇ ਆ, ਜਿੰਨੇ ਅੰਗ ਖਰਾਬ ਹੁੰਦੇ ਆ, ਇਹ ਕਿਤੇ ਕਿਉਂ ਖਰਾਬ ਹੁੰਦੇ ਆ? ਕਿਉਂਕਿ ਸਾਡੇ ਸਰੀਰ ਦੇ ਅੰਦਰ ਇਨਫਲੇਮੇਸ਼ਨ ਜਿਹੜੀ ਹੈ ਉਹ ਸਾਡੇ ਖੂਨ ਦੀਆਂ ਨਾੜਾਂ ਨੂੰ ਲਚਕ ਖਤਮ ਕਰ ਰਹੀ ਹੈ, ਉਹਦੀ ਜਿਹੜੀ ਲਿਵਿੰਗਨੈਸ ਹੈ, ਉਹਦਾ ਜਿਹੜੀ ਝਿੱਲੀ ਨੇ ਹਰ ਰੋਜ਼ ਬਦਲਣਾ ਸੀਗਾ, ਉਹ ਝਿੱਲੀ ਨੂੰ ਖਰਾਬ ਕਰ ਰਹੀ ਹੈ। ਉਹ ਇਨਫਲੇਮੇਸ਼ਨ ਜਿਹੜੀ ਹੈ ਇੱਕ ਜਨਰਲ ਟਰਮ ਹੈ, ਇਹਨੂੰ ਆਪਾਂ ਨੂੰ ਪੰਜਾਬੀ ਨੂੰ ਅਡੋਪਟ ਕਰ ਲੈਣਾ ਚਾਹੀਦਾ, ਕਿਉਂਕਿ ਇਹ ਇੰਨੀ ਜ਼ਿਆਦਾ ਖਰਾਬ ਕਰਦੀ ਹੈ ਸਰੀਰ ਦੇ ਵਿੱਚ। ਕਿਤੇ ਵੀ ਕੋਈ ਇਨਫਲੇਮੇਸ਼ਨ ਹੈ ਤਾਂ ਉਹ ਹਰ ਬਿਮਾਰੀ ਦੀ ਜੜ੍ਹ ਹੈ। ਹੁਣ ਜਿਹੜੀਆਂ ਮੈਡੀਕਲ ਖੋਜਾਂ ਆ ਰਹੀਆਂ ਨੇ ਉਹ ਕਹਿੰਦੀਆਂ ਨੇ ਸਾਰੀ ਦੀ ਸਾਰੀ ਕਿੱਥੋਂ ਸ਼ੁਰੂ ਹੁੰਦੀਆਂ ਨੇ? ਕਰੋਨਿਕ ਇਨਫਲੇਮੇਸ਼ਨ ਤੋਂ। ਇੱਕ ਅਕਿਊਟ ਇਨਫਲੇਮੇਸ਼ਨ ਹੁੰਦੀ ਹੈ, ਉਹ ਬਾਡੀ ਦਾ ਡਿਫੈਂਸ ਹੈ। ਮੰਨ ਲਓ ਮੇਰੀ ਫੈਂਸੀ ਹੋਈ, ਉਹਦੇ ਥੱਲੇ ਸਰੀਰ ਨੇ ਉਹਦੇ ਆਲੇ ਦੁਆਲੇ